ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਇਸ ਵਕਤ ਮੇਰੇ ਨਾਲ ਬੈਠਿਆ ਉਹ ਇਨਸਾਨ ਜਿਨ੍ਹਾਂ ਨੇ ਜੱਟ, ਜੇਮਸ ਬੌਂਡ, ਰੱਬ ਦਾ ਰੇਡੀਓ, ਦਾਣਾ ਪਾਣੀ, ਬੰਬੂ ਘਾਟ ਵਰਗੀਆਂ ਸੁਪਰ ਡੁਪਰ ਹਿੱਟ ਫਿਲਮਾਂ ਪੰਜਾਬੀ ਸਿਨੇਮੇ ਦੇ ਝੋਲੀ 'ਚ ਪਾਈਆਂ। ਮੇਰੀ ਮੁਰਾਦ ਜਸ ਗਰੇਵਾਲ ਭਾਜੀ। ਥੈਂਕ ਯੂ ਜੀ, ਥੈਂਕ ਯੂ। ਕੀ ਹਾਲ ਚਾਲ ਹੈ ਗਰੇਵਾਲ ਭਾਜੀ? ਬਹੁਤ ਵਧੀਆ ਭਾਜੀ। ਇੱਕ ਗੱਲ ਤੁਹਾਡੇ 'ਤੇ ਲੱਗਾ ਇਲਜ਼ਾਮ ਵੀ, ਗਰੇਵਾਲ ਸਾਹਿਬ ਮਹਿੰਗੀ ਬਹੁਤ ਲੈਂਦੇ ਫਿਲਮ, ਕੀ ਚੱਕਰ ਪੈ ਗਿਆ? ਤੁਸੀਂ ਡਬਈ ਜਾ ਕੇ ਲਿਖਦੇ ਹੋ ਭਾਈ? ਮਹਿੰਗੀ ਫਿਲਮਾਂ ਮੈਂ ਲਿਖਦਾ ਤਾਂ ਮੈਂ ਸਸਤੀਆਂ ਵੀ ਹਾਂ, ਗਿੱਪੀ ਬਾਈ ਨੂੰ ਮਹਿੰਗੀ ਨਹੀਂ ਦੇਣਾ। ਗਿੱਪੀ ਬਾਈ ਨੂੰ ਮਹਿੰਗੀ ਦੇਖ ਲੈਣ, ਹੁਣ ਪ੍ਰੋਡਿਊਸਰ ਆ ਰਿਹਾ, ਬੰਦਾ 50 ਕਰੋੜ ਕਮਾ ਲਿਆ ਅਰਦਾਸ ਕਰਨ ਨੇ, ਮਹਿੰਗੀ ਦੇਈਏ। ਹਾਂ ਇਹੀ ਗੱਲ ਹੈ ਭਾਜੀ। ਕੀ ਵੈਸੇ ਮਾਇੰਡ ਸੈੱਟ ਰਹਿੰਦਾ ਲਿਖਣ ਦਾ ਐਜ਼ ਏ ਰਾਈਟਰ? ਕਿਉਂਕਿ ਜਿੱਦਾਂ ਇੱਕ ਸੰਧੂ ਹੁੰਦਾ ਸੀ, ਬਹੁਤ ਅਲੱਗ ਚੀਜ਼ ਤੁਸੀਂ ਲੈ ਕੇ ਆਏ ਹੋ। ਜੇ ਮੈਂ ਟ੍ਰੇਲਰ ਦੀ ਗੱਲ ਕਰਾਂ ਤਾਂ ਬਹੁਤ ਡਿਫਰੈਂਟ ਡਿਫਰੈਂਟ ਸ਼ੇਡਸ ਆ, ਅਤੇ ਇੱਕ ਮਲਟੀ ਸਟਾਰ ਫਿਲਮ ਆ। ਤੁਹਾਨੂੰ ਲੱਗਦਾ ਸੀ ਯਾਰ ਮਲਟੀ ਸਟਾਰ ਫਿਲਮ ਮੈਂ ਲਿਖਣ ਲੱਗਾ ਅਤੇ ਪੰਜਾਬੀ ਸਿਨੇਮੇ 'ਚ ਬਣੂੰਗੀ? ਯਾਰ ਮੈਂ ਪਹਿਲਾਂ ਵੀ ਇੰਟਰਵਿਊ 'ਚ ਗੱਲ ਕਹੀ ਸੀ, ਇਹ ਪਹਿਲੀ ਫਿਲਮ ਜਿਹੜੀ ਮੈਂ ਪੰਜਾਬੀ ਸਿਨੇਮਾ ਲਈ ਜਾਂ ਸਿਨੇਮਾ ਲਈ, ਦੇਖੋ ਕਹਾਣੀਆਂ ਤਾਂ ਮੈਂ ਆਪਣੇ ਮਨ 'ਚ ਪਹਿਲਾਂ ਵੀ ਬਹੁਤ ਬਣਾਈਆਂ ਨੇ ਬਚਪਨ ਤੋਂ ਹੀ, ਪਰ ਜਿਹੜੀ ਪਹਿਲੀ ਫਿਲਮ ਦੀ ਕਹਾਣੀ ਆ, ਪਹਿਲੀ ਫਿਲਮ ਮੈਂ ਲਿਖੀ ਉਹ ਇੱਕ ਸੰਧੂ ਹੁੰਦਾ ਸੀ। ਹਾਂ, 7-8-9 ਸਾਲ ਪਹਿਲਾਂ ਜਦੋਂ ਮੈਂ ਸਿੰਘ ਵਰਸਿਸ ਕੌਰ ਦੇ ਵਿੱਚ ਅਸਿਸਟੈਂਟ ਸੀ, ਜਾਂ ਰੰਗੀਲਾ ਜਾਂ ਉਸ ਦੌਰ ਦੇ ਵਿੱਚ ਮੈਂ ਉਹਨਾਂ ਫਿਲਮਾਂ 'ਚ ਐਜ਼ ਅਸਿਸਟੈਂਟ ਡਾਇਰੈਕਟਰ ਹੁੰਦਾ ਸੀ, ਉਦੋਂ ਮੈਂ ਲਿਖੀ ਸੀ। ਅਤੇ ਉਦੋਂ ਗਿੱਪੀ ਬਾਈ ਇੱਕ ਸੰਧੂ ਸਿੰਘ ਵਰਸਿਸ ਕੌਰ ਦੇ ਗਿੱਪੀ ਬਾਈ ਹੀਰੋ ਸੀ, ਮੈਂ ਫਿਲਮ ਦੇ ਵਿੱਚ ਇੱਕ ਅਸਿਸਟੈਂਟ ਸੀ। ਉਦੋਂ ਮੈਂ ਬਾਈ ਨੂੰ ਸੁਣਾਈ ਸੀ ਅਤੇ ਬਾਈ ਐਕਸਾਈਟਡ ਹੋ ਗਿਆ ਸੀ, ਕਹਿੰਦਾ ਯਾਰ ਇਹ ਫਿਲਮ ਕਰਨੀ ਹੈ, ਪਰ ਇਹਦਾ ਨੰਬਰ ਹੁਣ ਆਇਆ ਫਿਰ। ਉਦੋਂ ਅਸੀਂ ਜੱਟ ਜੇਮਸ ਬੌਂਡ ਕਿਸੇ ਕਾਰਨ ਇਹ ਕਰ ਲਈ ਸੀਗੀ। ਸਹੀ ਗੱਲ ਆ, ਅਤੇ ਮਲਟੀ ਸਟਾਰ ਸੀਗੀ ਸ਼ਾਇਦ, ਤਾਂ ਹੀ ਇਹਦਾ ਨੰਬਰ ਹੁਣ ਆਇਆ। ਵੈਸੇ ਕੀ ਮਾਇੰਡ ਸੈੱਟ ਹੁੰਦਾ ਇੱਕ ਕਹਾਣੀ ਲਿਖਣ ਲੱਗਿਆ? ਟੋਟਲ ਓਬਜ਼ਰਵੇਸ਼ਨ ਹੁੰਦੀ ਆ ਜਾਂ ਲਾਈਫ ਦੇ ਇੰਸੀਡੈਂਟ ਚੱਕਦੇ ਹੋ ਵੀ ਆਹ ਹੋਇਆ? ਚਾਹੇ ਮੈਂ ਗੱਲ ਕਰ ਲਵਾਂ ਰੱਬ ਦੇ ਰੇਡੀਓ ਦੇ ਕੰਧ ਵਾਲੀ ਗੱਲ ਵੀ। ਵੀਰ ਮੇਰੇ ਜਿਵੇਂ ਗਿੱਪੀ ਬਾਈ ਨੇ ਵੀ ਅੱਜ ਹੁਣ ਗੱਲ ਕੀਤੀ, ਕਹਿੰਦੇ ਮੈਨੂੰ ਜਸ ਦੇ ਕਿਰਦਾਰ ਵਧੀਆ ਲਾ ਦੇਣੇ, ਹੈ ਨਾ, ਮੇਰੇ ਜਿਹੜੇ ਕਿਰਦਾਰ ਹੁੰਦੇ ਨੇ ਉਹ ਅਸਲੀ ਹੁੰਦੇ ਨੇ, ਤਾਂ ਹੀ ਤੁਸੀਂ ਮੇਰੇ ਕਿਰਦਾਰਾਂ 'ਚ ਦੇਖਿਓ, ਚਾਹੇ ਉਹ ਸੰਧੂ ਹੋਵੇ, ਚਾਹੇ ਫਿਲਮ ਦਾ ਵਿਲਨ ਹੋਵੇ, ਚਾਹੇ ਸੰਧੂ ਦਾ ਦੋਸਤ ਕਹਿ ਲਵੇ। ਸੋ ਮੇਰੇ ਕਿਰਦਾਰ ਆਮ ਕਿਰਦਾਰਾਂ ਵਰਗੇ, ਉਹਨਾਂ 'ਚ ਐਂ ਨਹੀਂ ਹੈਗਾ ਕਿ ਕੋਈ ਦੇਵਤਾ ਹੀ ਆ ਜਾਂ ਜਿਹੜਾ ਵਿਲਨ ਉਹ ਰਾਕਸ਼ਸ ਹੀ ਹੈ। ਉਹ ਆਮ ਬੰਦੇ ਨੇ, ਕਿਉਂਕਿ ਆਮ ਬੰਦੇ ਚੰਗੇ ਵੀ ਹੁੰਦੇ ਨੇ, ਮਾੜੇ ਵੀ ਹੁੰਦੇ ਨੇ, ਸਾਰੇ ਹੀ ਬੰਦੇ ਆਪਾਂ। ਸੋ ਸਾਰੇ ਹੀ ਰੱਬ ਦਾ ਰੇਡੀਓ ਦੇ ਵਿੱਚ ਵੀ ਦਾਣਾ ਪਾਣੀ ਜੀ ਆਮ ਬੰਦੇ ਨੇ ਸਾਰੇ। ਸੋ ਇੱਕ ਮੇਰੇ ਕਿਰਦਾਰ ਤੁਸੀਂ ਜ਼ਰੂਰ ਉਹ ਨਾਭਾ ਪਾਸੋਂ ਪਟਿਆਲਾ ਮੇਰੇ ਇਲਾਕੇ 'ਚ ਜਾਂ ਮੇਰੀ ਦੁਨੀਆ 'ਚ ਤੁਸੀਂ ਉਹ ਕਿਰਦਾਰ ਜ਼ਰੂਰ ਆਲੇ ਦੁਆਲੇ ਤੁਰੇ ਫਿਰਦੇ ਦੇਖ ਲਉਂਗੇ। ਉਹ ਪਰ ਉਹ ਕਹਾਣੀ ਦੇ ਇੰਸੀਡੈਂਟਸ ਇੰਸਪਾਇਰਡ ਕਰਕੇ ਮੈਂ ਆਪ ਪਰੋਏ ਹੁੰਦੇ ਨੇ। ਇੱਕ ਸੰਧੂ ਹੁੰਦਾ ਸੀ ਰਿਐਲਿਟੀ ਦੇ ਬਹੁਤ ਜ਼ਿਆਦਾ ਨੇੜੇ, ਇਸ ਲਈ ਲੱਗ ਵੀ ਰਹੀ ਆ। ਸੰਧੂ ਹੁੰਦਾ ਸੀ ਸਾਰਾ ਕੁਛ ਸੱਚਾ, ਬਸ ਉਹ ਅੱਡ ਅੱਡ ਮੋਤੀਆਂ ਨੂੰ ਇੱਕ ਮਾਲਾ 'ਚ ਮੈਂ ਪਰੋਇਆ। ਗੱਲ ਕਰਾਂ ਦੇਖੋ ਜੱਟ, ਜੇਮਸ ਬੌਂਡ, ਪੁੱਛੋ ਜਰੀਨ ਖਾਨ, ਇੱਕ ਸੰਧੂ ਹੁੰਦਾ ਸੀ ਨੇਹਾ ਸ਼ਰਮਾ ਜੀ, ਇਹ ਵੀ ਤੁਹਾਡੇ ਮਾਇੰਡ ਸੈੱਟ ਲਿਖਿਆ ਸੀਗਾ ਵੀ ਯਾਰ ਆਪਾਂ ਕੋਈ ਕਰੈਕਟਰ ਵੀ ਲੈਣਾ ਤਾਂ ਵੱਡਾ ਹੀ ਲੈਣਾ ਹੈ, ਜਾਂ ਇਹ ਗਿੱਪੀ ਬਾਈ ਨੇ ਕੀਤਾ? ਜਦੋਂ ਮੈਂ ਗਿੱਪੀ ਬਾਈ ਵੱਡੀਆਂ ਫਿਲਮਾਂ ਬਣਾਉਂਦੇ ਨੇ, ਉਹ ਫਿਲਮ ਨੂੰ ਜਿੰਨੀ ਤੁਸੀਂ ਵੱਡੀ ਲਿਖੀ ਹੋਰ ਵੱਡੀ ਕਰ ਦਿੰਦੇ ਆ, ਇਲਜ਼ਾਮ ਗਰੇਵਾਲ ਸਾਹਿਬ 'ਤੇ ਆ ਜਾਂਦਾ ਐਕਚੁਅਲੀ ਆਹ ਗੱਲ ਹੈ। ਤੁਸੀਂ ਮਤਲਬ ਜੇ ਤੁਸੀਂ ਪੰਜਾਬੀ ਐਕਟਰ ਸੀ, ਸੋਚ ਕੇ ਬੰਦਾ ਸੋਚਦਾ ਨਾ ਜਦੋਂ ਕੋਈ ਵੀ ਲਿਖਦਾ ਵੀ ਯਾਰ ਆਹ ਕਰੈਕਟਰ ਗਿੱਪੀ ਬਾਈ ਨੂੰ ਸੂਟ ਬੈਠੂਗਾ, ਇੱਦਾਂ ਪੰਜਾਬੀ 'ਚ ਵੀ ਕੁੜੀਆਂ ਤੁਸੀਂ ਸੋਚੀਆਂ ਸੀਗੀਆਂ ਵੀ ਐਗਜ਼ਾਮਪਲ ਕੋਈ ਵੀ ਲੈ ਸਕਦੇ ਵੀ ਯਾਰ ਆਹ ਕਰੈਕਟਰ ਸੋਨਾ ਬਾਜਵਾ ਕਰ ਸਕਦੀ? ਇਸ ਕਿਰਦਾਰ 'ਚ ਮੈਂ ਕੋਈ ਪੰਜਾਬੀ ਕੁੜੀ ਨਹੀਂ ਸੋਚੀ ਸੀ। ਰਿਐਲਿਟੀ ਆ ਜਾਣੀ ਕਿ ਤੁਸੀਂ ਨਹੀਂ ਸੋਚੀ ਸੀ ਪੰਜਾਬੀ ਕੁੜੀ? ਨਹੀਂ, ਇਸ ਕਿਰਦਾਰ 'ਚ ਨਹੀਂ ਸੀ ਸੋਚੀ। ਇਸ ਕਿਰਦਾਰ ਤੋਂ ਸੱਚੀ ਗੱਲ ਦੱਸਾਂ ਕਿ ਮੈਂ ਨੇਹਾ ਸ਼ਰਮਾ ਦਾ ਫੈਨ ਹਾਂ। ਮੈਨੂੰ ਨਹੀਂ ਪਤਾ ਦੁਨੀਆ 'ਚ ਕਿੰਨੇ ਕਰੋੜਾਂ ਲੋਕ ਇਹਨਾਂ ਦੇ ਫੈਨ ਨੇ, ਮੈਨੂੰ ਪਤਾ ਹੀ ਨਹੀਂ। ਮੈਂ ਇਹਨਾਂ ਦਾ ਫੈਨ ਕਰੁੱਖ ਤੋਂ ਹੀ ਹੈਗਾ। ਮੇਰੀ ਇਹ ਜ਼ਰੂਰ ਖੁਆਇਸ਼ ਹੁੰਦੀ ਸੀ ਕਿ ਯਾਰ ਮੈਂ ਕੋਈ ਕਿਰਦਾਰ ਇਸ ਲੜਕੀ ਨਾ ਕਰਾਂ, ਅਤੇ ਇਤਫਾਕ ਦੇਖੋ ਕਿ ਜਿਹੜਾ ਮੇਰਾ ਪਹਿਲਾ ਹੀਰੋਇਨ ਦਾ ਕਿਰਦਾਰ ਮੈਂ ਜ਼ਿੰਦਗੀ 'ਚ ਲਿਖਿਆ ਇਹੀ ਉਸ ਕੁੜੀ ਨੇ ਕੀਤਾ। ਹਾਂ ਇਹ ਇੱਕ ਹੈ। ਸੋ ਇਹ ਵੀ ਨਹੀਂ ਕਿ ਮੈਂ ਬਹੁਤ ਹੀ ਕਿ ਮੈਂ ਯਾਰ
ਬਹੁਤ ਹੀ ਵੱਡਾ ਫੈਨ ਆ ਜਾਂ ਨਹੀਂ ਇਹੋ ਜਿਹਾ ਕੁਛ ਨਹੀਂ ਚੱਲਦੇ ਫਿਰਦੇ, ਮੈਨੂੰ ਲੱਗਦਾ ਯਾਰ ਹਾਂ ਆਹ ਕੁੜੀ ਵੀ ਵਧੀਆ ਯਾਰ, ਇਹ ਕਦੇ ਸਾਡੀ ਇੰਡਸਟਰੀ 'ਚ ਕੰਮ ਕਰੇ ਵਧੀਆ ਹੋਇਆ ਯਾਰ। ਇਹ ਤੁਸੀਂ ਗਿੱਪੀ ਭਾਈ ਨੂੰ ਦੱਸਿਆ ਸੀ ਕਿ ਵੀ ਨੇਹਾ ਸ਼ਰਮਾ ਜੀ ਨੂੰ ਲਈਏ ਜਾਂ ਉਹਨਾਂ ਨੇ ਆਪ ਹੀ ਚੂਜ਼ ਕੀਤੇ? ਇਤਫਾਕ ਸੀ, ਇਤਫਾਕ। ਹਾਂ ਮੈਂ ਕਿਸੇ ਨੂੰ ਨਹੀਂ ਦੱਸਿਆ, ਮੈਂ ਮੂੰਹੋਂ ਕਦੇ ਇੱਕ ਸ਼ਬਦ ਵੀ ਨਹੀਂ ਬੋਲਿਆ, ਮੈਂ ਤਾਂ ਉਦੋਂ ਗਿੱਪੀ ਭਾਈ ਨੇ ਜਦੋਂ ਮੈਂ ਦੱਸਿਆ ਕਹਿੰਦੇ ਨੇਹਾ ਸ਼ਰਮਾ। ਫਿਰ ਤੁਸੀਂ ਦੱਸਿਆ, ਤੁਸੀਂ ਗਿੱਪੀ ਭਾਈ ਨੂੰ ਦੱਸਿਆ ਵੀ ਮੈਂ ਫੈਨ ਸੀ? ਮੈਂ ਸਮਾਈਲ ਕੀਤੀ, ਹੱਸ ਪਿਆ, ਕਹਿੰਦੇ ਕੀ ਗੱਲ ਹੱਸਦਾ, ਕਹਿੰਦੇ ਮੈਂ ਕਿਹਾ ਭਾਈ ਆਹ ਗੱਲ ਸੀ, ਕਹਿੰਦੇ ਯਾਰ ਕਮਾਲ ਦੀ ਗੱਲ। ਹਾਂ ਭਾਅ ਜੀ, ਜੱਟ ਜੇਮਸ ਬੌਂਡ ਨੂੰ ਬਹੁਤ ਪਿਆਰ ਮਿਲਿਆ, ਜੱਟ ਜੇਮਸ ਬੌਂਡ 2 ਤੁਸੀਂ ਲਿਖੀ ਨਹੀਂ? ਜੱਟ ਜੇਮਸ ਬੌਂਡ 2 ਮੈਂ ਕਿਉਂ ਨਹੀਂ ਲਿਖੀ? ਤੁਸੀਂ ਜਾਂ ਲਿਖ ਚੁੱਕੇ ਹੋ ਜਾਂ ਨਹੀਂ ਲਿਖੀ, ਕਿਉਂਕਿ ਕਿੰਨਾ ਪਿਆਰ ਮਿਲਿਆ। ਤੁਸੀਂ ਦੇਖੋ ਵੀ ਉਸ ਸਮੇਂ ਉਹ ਫਿਲਮ ਉਹ ਸੀਗੀ, ਉਦੋਂ ਕਾਮੇਡੀ ਦਾ ਦੌਰ ਬਹੁਤ ਜ਼ਿਆਦਾ ਸੀ, ਤੁਹਾਨੂੰ ਇੱਕ ਅਲੱਗ ਹੀ ਆਪਣਾ ਲੈਵਲ ਸੈੱਟ ਕੀਤਾ। ਭਾਈ ਮੈਂ ਜੱਟ ਜੇਮਸ ਬੌਂਡ 2 ਲਿਖਣਾ ਚਾਹੁੰਦਾ, ਪਰ ਦੇਖੋ ਜੀ ਢਿੱਲੋਂ ਸਾਹਿਬ ਹੁਣੀ ਪ੍ਰੋਡਿਊਸਰਸ ਨੇ, ਗਿੱਪੀ ਭਾਈ ਹੀਰੋ ਨੇ, ਕਈ ਲੋਕ ਨੇ ਉਸ ਫਿਲਮ ਨਾਲ ਜੁੜੇ, ਉਹ ਸਾਰੇ ਜਦੋਂ ਇੱਕ ਜਗ੍ਹਾ 'ਤੇ ਇਕੱਠੇ ਹੋਣਗੇ ਉਦੋਂ ਉਹ ਚੀਜ਼ ਬਣੂਗੀ, ਕਿਸੇ ਇੱਕ ਬੰਦੇ ਦਾ ਫੈਸਲਾ ਹੈ ਨਹੀਂ। ਜੇ ਉਹ ਚੀਜ਼, ਉਹ ਮੌਕਾ ਬਣ ਜਾਵੇ, ਉਹ ਸਿਚੁਏਸ਼ਨ ਮਾਹੌਲ ਬਣ ਜਾਵੇ, ਤਾਂ ਮੈਂ ਲਿਖਣਾ ਚਾਹੂੰਗਾ। ਇੱਦਾਂ ਨਹੀਂ ਹੋ ਸਕਦਾ ਵੀ ਤੁਸੀਂ ਲਿਖ ਲਓ, ਮੰਨ ਕੇ ਚੱਲੋ ਵੀ ਤੁਸੀਂ ਲਿਖ ਲਈ ਚੀਜ਼ ਹੈ ਨਾ, ਉਹ ਬਹੁਤ ਬੈਟਰ ਬਣ ਗਈ, ਫਿਰ ਸਾਰੇ ਬੰਦੇ ਉਸ ਬੈਨਰ ਥੱਲੇ ਆ ਜਾਣ। ਲਿਖਣ ਲਈ 6 ਮਹੀਨੇ ਚਾਹੀਦੇ ਨੇ ਘੱਟ ਤੋਂ ਘੱਟ। ਮਤਲਬ ਤੁਸੀਂ ਕਾਫੀ ਟਾਈਮ ਲਾ ਕੇ ਲਿਖਦੇ ਹੋ ਕਹਾਣੀ? ਯਾਰ ਇਹ ਗੀਤ ਥੋੜ੍ਹੀ ਆ, ਮੈਨੂੰ ਗੀਤਾਂ ਦਾ ਪਤਾ ਨਹੀਂ, ਗੀਤ ਥੋੜ੍ਹੀ ਆ ਵੀ ਇੱਕ ਦਿਨ 'ਚ ਲਿਖਦਾ। ਇੱਕ ਫਿਲਮ ਲਿਖ, ਜੱਟ ਜੇਮਸ ਬੌਂਡ ਅਸੀਂ 12 ਮਹੀਨਿਆਂ 'ਚ ਲਿਖੀ ਸੀ, ਠੀਕ ਹੈ। ਲਿਖਣ ਲਈ ਬਹੁਤ ਲੰਬਾ ਸਮਾਂ ਲੱਗਦਾ, ਮੈਂ ਉਦੋਂ ਹੀ ਲਿਖਦਾ ਜਦੋਂ ਮੈਨੂੰ ਕੋਈ ਪ੍ਰੋਡਿਊਸਰ ਹੀਰੋ ਹਰੀ ਚੰਡੀ ਦੇ ਦਿੰਦਾ, ਉਦੋਂ ਹੀ ਮੈਂ ਉਸ ਫਿਲਮ 'ਤੇ ਪੂਰਾ ਕਰ ਲਉਂਦਾ, ਨਹੀਂ ਤਾਂ ਇੱਕ ਤਪੱਸਿਆ ਕਰਨ ਵਾਲੀ ਗੱਲ ਹੋ ਜਾਂਦੀ। ਭਾਅ ਜੀ ਬੈਸਟ ਆਫ ਲੱਕ ਆ, 28 ਤਰੀਕ ਨੂੰ ਤੁਹਾਡੀ ਸੰਧੂ ਆ ਰਹੀ ਆ, ਅਤੇ ਬਹੁਤ ਬਹੁਤ ਮੁਬਾਰਕਾਂ ਦੇ ਲਈ, ਇੱਦਾਂ ਕੰਮ ਖਿੱਚ ਕੇ ਰੱਖੋ ਅਤੇ ਵਧੀਆ ਵਧੀਆ ਪੰਜਾਬੀ ਫਿਲਮਾਂ ਲੈ ਕੇ ਆਉਂਦੇ। ਥੈਂਕ ਯੂ ਵੀਰੇ, ਥੈਂਕ ਯੂ। ਇਸ ਕਰਕੇ ਜਸ ਗਰੇਵਾਲ ਜੀ, ਅਤੇ ਤੁਸੀਂ ਦੇਖਦੇ ਰਹੋ ਪੰਜਾਬੀ ਟੇਸ਼ਨ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।